ਮਿਲਟਰੀ ਹਸਪਤਾਲ ਜਲੰਧਰ ਵਿੱਚ ਟਰੋਮਾ ਕੇਅਰ ਸੈਂਟਰ ਦਾ ਉਦਘਾਟਨ ਵਜਰਾ ਆਰਮੀ ਵਾਈਫਸ ਵੈਲਫੇਅਰ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਰਾਣੀ ਸ਼ਰਮਾ ਵੱਲੋਂ ਕੀਤਾ ਗਿਆ ਇਸ ਮੌਕੇ ਵਜਰਾ ਕੋਰ ਦੇ ਜੀਓਸੀ ਲੈਫਟੀਨੈਂਟ ਜਨਰਲ ਦਵਿੰਦਰ ਸ਼ਰਮਾ ਅਤੇ ਬ੍ਰਿਗੇਡੀਅਰ ਮੈਡੀਕਲ ਬ੍ਰਿਗੇਡੀਅਰ ਅਮਿਤ ਸ਼ਰਮਾ ਨੇ ਵੀ ਸ਼ਿਰਕਤ ਕੀਤੀ ਜੀਓਸੀ ਨੇ ਐਮਐ ਜਲੰਧਰ ਦੀ ਟੀਮ ਵੱਲੋਂ ਕਿਤੇ ਜਾ ਰਹੇ ਕਮਾਂ ਦੀ ਸ਼ਲਾਕਾ ਕੀਤੀ ਤੇ ਕਿਹਾ ਕਿ ਅਪਗ੍ਰੇਡ ਕੀਤੀ ਗਈ ਸਹੂਲਤ 11 ਕੋਰ ਜ਼ੋਨ ਦੀਆਂ ਟ੍ਰੋਮਾ ਕੇਅਰ ਸੇਵਾਵਾਂ ਨੂੰ ਮਜ਼ਬੂਤ ਕਰੇਗੀ ਮਿਲਟਰੀ ਹਸਪਤਾਲ ਦੇ ਕਮਾਂਡੈਂਟ ਬ੍ਰਿਗੇਡੀਅਰ ਪ੍ਰਸਾਦ ਰਵਿੰਦਰ ਲੇਲੇ ਨੇ ਕਿਹਾ ਕਿ ਨਵੀਆਂ ਗਈਆਂ ਐਕਸੀਡੈਂਟ ਅਤੇ ਐਮਰਜੈਂਸੀ ਸੇਵਾਵਾਂ ਜੀਵਨ ਬਚਾਓ ਐਮਰਜੈਂਸੀ ਦੇਖਪਾਲ ਪ੍ਰਦਾਨ ਕਰਨ ਲਈ ਚੰਗੀ ਤਰ੍ਹਾਂ ਲੈਸ ਨੇ ਉਹਨਾਂ ਦੱਸਿਆ ਕਿ ਨੋਮੈਟਿਕ ਸਟ੍ਰੈਚਰ ਟਰਾਲੀਆਂ ਰਾਹੀਂ ਮਰੀਜ਼ ਨੂੰ ਹਸਪਤਾਲ ਦੇ ਅੰਦਰ ਨਿਸ਼ਚਿਤ ਦੇਖਭਾਲੇ ਸ਼ਿਫਟ ਕੀਤਾ ਜਾ ਸਕਦਾ ਹੈ ਤੇ ਇਲੈਕਟ੍ਰੋ ਹਾਈਡਰੌਲਿਕ ਸੀਪੀਆਰ ਬੈੱਡ ਇੱਕੋ ਸਮੇਂ 10 ਐਮਰਜੈਂਸੀ ਕੇਸਾਂ ਨੂੰ ਵਧੀਆ ਜੀਵਨ ਸਹਾਇਤਾ ਪ੍ਰਦਾਨ ਕਰ ਸਕਦੇ ਨੇ